ਅੰਮ੍ਰਿਤਸਰ ਵਿਖੇ ਜਨਮ ਅਸ਼ਟਮੀ ਦੇ ਦਿਨ ਵੱਖ ਵੱਖ ਮੰਦਰਾਂ ਵਿੱਚ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਵੀ ਕੀਤੇ ਗਏ। ਮੱਗੀ ਅੰਧਕਾਰ ਖਤਮ ਹੋ ਗਿਆ ਸੀ, ਚਾਨਣ ਹੋ ਗਿਆ ਸੀ। ਸਭ ਨੂੰ ਸ਼ੁਭ ਕਾਮ ਜਨਮਦਿਨ ਜਨਮ ਅਸ਼ਟਮੀ ਵਾਲੇ, ਸਭ ਸਹੀ ਸਲਾਮਤ ਰਹਿਣ, ਸਭ ਦੇ ਘਰ ਸੁੱਖ ਸ਼ਾਂਤੀ ਹੋਵੇ। ਮੈਂ ਸ਼੍ਰੀ ਗੋਪਾਲ ਮੰਦਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਉਹਨਾਂ ਨੂੰ ਇਸੇ ਹਰਸ਼ ਉਲਾਸ ਦੇ ਨਾਲ ਹਰ ਵਾਰ ਹਰ ਫੰਕਸ਼ਨ 'ਤੇ ਸ਼ਾਮਲ ਹੋਣ ਦੇ ਲਈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਿਯੋਤਾ ਦਿੰਦਾ ਹਾਂ ਅਤੇ ਉਹ ਸਾਰੇ ਭਗਤਾਂ ਦੀ ਬਦੌਲਤ ਹੀ ਹੈ ਜਿਹੜਾ ਸਾਰੇ ਕੰਮ ਇਹ ਸੰਪੂਰਨ ਹੁੰਦੇ ਨੇ। ਅਤੇ ਫਿਰ ਇੱਕ ਵਾਰ ਤੋਂ ਸ਼੍ਰੀ ਗੋਪਾਲ ਮੰਦਰ ਕਮੇਟੀ ਵੱਲੋਂ ਸਭ ਨੂੰ ਲੱਖ ਲੱਖ ਵਧਾਈਆਂ ਜੀ। ਮੈਂ ਗੋਪਾਲ ਮੰਦਰ ਕਮੇਟੀ ਦਾ ਆਡੀਟਰ ਸੈਕਟਰੀ ਇਸ ਸ਼ੁਭ ਮੌਕੇ ਉੱਤੇ ਸਾਰੀਆਂ ਸੰਗਤਾਂ ਨੂੰ, ਸਾਰੇ ਇਲਾਕਿਆਂ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ। ਇਸੇ ਤਰ੍ਹਾਂ ਹੀ ਅਪੀਲ ਕੀਤੀ ਜਾਂਦੀ, ਇਸੇ ਤਰ੍ਹਾਂ ਹੀ ਇਕੱਠੇ ਹੋ ਕੇ ਇਸ ਉਤਸਵ ਨੂੰ ਮਨਾਇਆ ਜਾਏ। ਜਨਮ ਅਸ਼ਟਮੀ ਦੇ ਉਤਸਵ 'ਤੇ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਔਰ ਪ੍ਰਭੂ ਅੱਗੇ ਪ੍ਰਾਰਥਨਾ ਕਰਦਾ ਵੀ ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਹੋਣ। ਜਿਹੜਾ ਕਿ ਸੰਕੀਰਤਨ ਮੰਡਲ ਜਿਹੜਾ ਕਿ ਕਈ ਵਰਸ਼ਾਂ ਤੋਂ ਠਾਕੁਰ ਦੇ ਚਰਨਾਂ 'ਚ ਗੋਪਾਲ ਮੰਦਰ 'ਚ ਬੈਠ ਕੇ ਸੰਕੀਰਤਨ ਕਰਦਾ ਔਰ ਬਾਹਰ ਹਮੇਸ਼ਾ ਹੀ ਦੁੱਧ ਦਾ ਭੰਡਾਰਾ, ਚਾਹ ਦਾ ਭੰਡਾਰਾ ਨਿਰੰਤਰ ਫ੍ਰੀ ਸੇਵਾ ਦੇ ਮਾਧਿਅਮ ਨਾਲ ਲਾਉਂਦਾ। ਇਹ ਮੰਡਲ ਕਈ ਸੰਸਥਾਵਾਂ, ਸਹਿਯੋਗੀ ਸੰਸਥਾਵਾਂ ਦੇ ਨਾਲ ਜੁੜਿਆ। ਇਹਨਾਂ ਵੱਲੋਂ ਫ੍ਰੀ ਬਾਂਕੇ ਬਿਹਾਰੀ, ਫ੍ਰੀ ਮੈਡੀਸਨ ਸੇਵਾ ਸੁਸਾਇਟੀ, ਫ੍ਰੀ ਹੋਮਿਓਪੈਥਿਕ ਸੇਵਾ ਕੇਂਦਰ, ਫ੍ਰੀ ਕੈਂਸਰ ਸੁਸਾਇਟੀ ਇਸ ਮੰਡਲ ਵੱਲੋਂ ਇੱਥੇ ਬਣਾਈ ਗਈ ਹੈ ਜਾਂ ਲੋਕਾਂ ਦੀ, ਰੋਗੀਆਂ ਦੀ ਸੇਵਾ ਕੀਤੀ ਜਾਂਦੀ ਹੈ। ਠਾਕੁਰ ਜੀ ਕਿਰਪਾ ਕਰਦੇ ਰਹਿਣ, ਇਹ ਸੇਵਾ ਸਦਾਈ ਸਾਡੇ ਸਭ ਦੇ ਜੀਵਨ 'ਚ ਆਉਂਦੀ ਰਹੇ। ਜੈ ਜੈ ਸ਼੍ਰੀ ਰਾਧੇ। ਦਿੱਤੀ ਆ ਅਤੇ ਘੱਟ ਜਿੱਥੇ ਹੈਗੇ ਆ ਅਤੇ ਬੀ ਕੈਟਾਗਰੀ 'ਚ ਅਤੇ ਸੀ ਕੈਟਾਗਰੀ ਸਾਰੇ ਮੰਦਰਾਂ ਨੂੰ ਅਸੀਂ ਕਵਰ ਕੀਤਾ ਵਾ, ਫੋਰਸ ਦੀ ਡਿਊਟੀ ਲਾਈ ਆ। ਬਸ ਸ਼ਹਿਰ ਵਾਸੀਆਂ ਨੂੰ ਇਹੀ ਆ ਕਿ ਜੇ ਕੋਈ ਕਿਸੇ ਨੂੰ ਕੋਈ ਲਿਬਾਸ ਚੀਜ਼ ਮਿਲਦੀ ਆ ਜਾਂ ਕੋਈ ਮਾੜਾ ਅੰਸਰ ਨਜ਼ਰ ਆਉਂਦਾ ਤੁਰੰਤ ਉਹਦੀ ਪੁਲਿਸ ਨੂੰ ਇਤਲਾਹ ਦੇ।